ਇਹ ਲੱਗ ਰਿਹਾ ਸੀ ਕਿ ਬਲਾਈਂਡ ਮਰਡਰ ਹੈ ਔਰ ਬਹੁਤ ਬੁਰੀ ਤਰ੍ਹਾਂ ਨਾਲ ਮਰਡਰ ਕੀਤਾ ਗਿਆ। ਜੋ ਅਕਿਊਜ਼ ਦੱਸ ਰਿਹਾ ਹੈ ਕਿ ਪਹਿਲਾਂ ਉਸਨੇ ਇਹਨਾਂ 'ਤੇ ਪੱਥਰ ਮਾਰਿਆ ਔਰ ਗਾਲੀ ਗਲੋਚ ਵੀ ਕੀਤੀ, ਫਿਰ ਇਹਨਾਂ ਦੋਨਾਂ ਨੇ ਉਹਨੂੰ ਸਡਨ ਪ੍ਰੋਵੋਕੇਸ਼ਨ 'ਚ ਓਵਰ ਪਾਵਰ ਕਰਕੇ ਪਹਿਲਾਂ ਉਹਦਾ ਗਲਾ ਦਵਾਇਆ ਅਤੇ ਫਿਰ ਉਹਦੇ ਆਪਣੀ ਸ਼ਨਾਖਤ ਮਿਟਾਉਣ ਲਈ ਉਹਦੇ ਪੱਥਰ ਪੁੱਥਰ ਮਾਰ ਕੇ ਅਤੇ ਉੱਥੋਂ ਉਹਦਾ ਮੋਬਾਈਲ ਅਤੇ ਉਹਦਾ ਪਰਸ ਅਤੇ ਜਿਹੜਾ ਇਹ ਉਹਦਾ ਮੋਟਰਸਾਈਕਲ ਸੀ ਉਹ ਲੈ ਕੇ ਫਰਾਰ ਹੋ ਗਿਆ। ਚੰਡੀਗੜ੍ਹ ਦੇ ਮਲੋਇਆ ਏਰੀਆ ਦੇ ਵਿੱਚ 23 ਸਵੇਰੇ ਇੱਕ ਹਰਿਆਣਾ ਪੁਲਿਸ ਦੇ ਸਪੈਸ਼ਲ ਆਫਿਸਰ ਪੁਲਿਸ ਜਿਹੜੀ ਹੁੰਦੀ ਹੈ SOP ਉਹਦੀ ਡੈੱਡ ਬਾਡੀ ਮਿਲੀ ਸੀ। ਹਾਲਾਂਕਿ ਉਹਨੂੰ ਕਾਫੀ ਬੁਰੀ ਤਰ੍ਹਾਂ ਉਹਦਾ ਮਰਡਰ ਕੀਤਾ ਹੋਇਆ ਸੀਗਾ, ਨਾਲ ਦੇ ਨਾਲ ਪੁਲਿਸ ਉੱਤੇ ਮੌਕੇ 'ਤੇ ਪਹੁੰਚ ਕੇ ਪੂਰਾ ਇਨਵੈਸਟੀਗੇਸ਼ਨ ਕੀਤੀ ਅਤੇ ਫਾਈਨਲੀ ਹੁਣ 2 ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਔਰ ਬੜੀ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਹਿਊਮਨ ਇੰਟੈਲੀਜੈਂਸ, ਟੈਕਨੀਕਲ ਸਰਵੇਲੈਂਸ, ਉਹਦੀ ਮਦਦ ਨਾਲ ਹੁਣ ਦੋਨਾਂ ਨੂੰ ਕਾਬੂ ਕੀਤਾ ਗਿਆ। ਰੀਜ਼ਨ ਕੀ ਰਹੇ, ਆਖਿਰ ਕਿਉਂ ਇੰਨੀ ਬੇਰਹਿਮੀ ਦੇ ਨਾਲ ਉਹਦਾ ਮਰਡਰ ਕੀਤਾ ਗਿਆ, ਸਾਡੇ ਨਾਲ ਸੀਨੀਅਰ ਆਫਿਸਰ ਨੇ ਡਿਪਟੀ ਸੁਪਰੀਟੈਂਡੈਂਟ ਆਫ ਪੁਲਿਸ ਚਰਨਜੀਤ ਸਿੰਘ ਵਿਰਕ। ਵਿਰਕ ਸਾਹਿਬ, ਇਹ ਕਿਉਂਕਿ ਜਦ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀਗਾ, ਡਰੈਸ ਦੇ ਵਿੱਚ ਉਹਦੀ ਬਾਡੀ ਰਿਕਵਰ ਕੀਤੀ ਸੀ, ਤੁਸੀਂ ਵੀ ਲਗਾਤਾਰ ਉੱਥੇ ਲਗਾਤਾਰ ਇਨਵੈਸਟੀਗੇਸ਼ਨ ਦਾ ਪਾਰਟ ਰਹੇ ਹੋ, ਇਹ ਪੂਰਾ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਹੈ, 2 ਐਕਿਊਜ਼ ਦੇ ਵਿੱਚ ਕਾਬੂ ਕੀਤੇ ਨੇ? ਦੇਖੋ ਜੀ, ਇਹ 23 ਤਰੀਕ ਨੂੰ ਸਵੇਰੇ ਕੋਈ 6:15 ਪੁਲਿਸ ਨੂੰ ਇਤਲਾਹ ਮਿਲੀ ਕਿ ਦੁੱਧਾਧਾਰੀ ਮੰਦਰ ਸੈਕਟਰ 56 ਦੇ ਸਾਹਮਣੇ ਜੰਗਲ ਏਰੀਆ 'ਚ ਇੱਕ ਲਵਾਰਸ ਡੈੱਡ ਬਾਡੀ ਪਈ ਹੈ। ਇਸ ਤਲਾਹ 'ਤੇ ਮੈਂ ਵੀ SHO ਸਾਰੀ ਟੀਮ ਮੌਕੇ 'ਤੇ ਪਹੁੰਚੀ, CFSL ਦੀ ਟੀਮ ਵੀ ਬੁਲਾਈ ਗਈ ਅਤੇ ਮੌਕੇ 'ਤੇ ਦੇਖਿਆ ਕਿ ਇੱਕ ਹਰਿਆਣਾ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਇੱਕ ਯੰਗ ਬੰਦੇ ਦੀ ਡੈੱਡ ਬਾਡੀ ਮਿਲੀ, ਜਿਹਦਾ ਕਿ ਮੂੰਹ ਖੂਨ ਨਾਲ ਲੱਥਪੱਥ ਹੋਇਆ ਸੀ ਔਰ ਉਹ ਪਛਾਣ ਤੋਂ ਬਾਹਰ ਸੀਗਾ, ਪਛਾਣ ਨਹੀਂ ਹੋ ਰਹੀ ਸੀ ਉਹਦੀ ਔਰ ਟੋਟਲੀ ਇਹ ਲੱਗ ਰਿਹਾ ਸੀ ਕਿ ਬਲਾਈਂਡ ਮਰਡਰ ਹੈ ਔਰ ਬਹੁਤ ਬੁਰੀ ਤਰ੍ਹਾਂ ਨਾਲ ਮਰਡਰ ਕੀਤਾ ਗਿਆ। ਮੌਕੇ 'ਤੇ ਟੀਮ ਬੁਲਾਉਣ ਤੋਂ ਬਾਅਦ ਸਾਰਾ ਮੌਕੇ ਦਾ ਮੁਆਇਨਾ ਕੀਤਾ, ਉੱਥੋਂ ਫਿਰ ਇਹਦੀ ਜਿਹੜੀ ਨੇਮ ਪਲੇਟ ਮਿਲੀ ਸਾਨੂੰ, ਜਿਹੜੀ ਕਿ ਆਪਣਾ ਸਕਫਲ ਦੇ ਵਿੱਚ ਲੱਗਦਾ ਕਿ ਉਹ ਮਿੱਟੀ ਦੇ ਵਿੱਚ ਸੀਗੀ ਅਤੇ ਇਹਦਾ ਅਜੀਤ ਸਿੰਘ ਨਾਮ ਪਤਾ ਲੱਗਿਆ ਅਤੇ ਫਿਰ ਅੱਗੇ ਫਰਦਰ ਇਹਦਾ ਪਤਾ ਕੀਤਾ ਗਿਆ ਕਿ ਇਹ ਕਿੱਥੇ ਪੋਸਟਡ ਸੀ। ਉਹ ਪਤਾ ਲੱਗਿਆ ਕਿ ਹਰਿਆਣਾ ਪੁਲਿਸ ਦੇ ਵਿੱਚ ਇਹ ਆਪਣਾ ਪੰਚਕੂਲੇ ਪੋਸਟਡ ਸੀ ਔਰ ਉਸ ਦਿਨ ਇਹਦੀ ਡਿਊਟੀ ਇੱਥੇ ਆਪਣਾ ਹਾਊਸਿੰਗ ਬੋਰਡ ਚੌਂਕ 'ਤੇ 8 ਤੋਂ 8 ਡਿਊਟੀ ਸੀਗੀ ਅਤੇ ਫਿਰ ਇਮੀਡੀਏਟਲੀ ਪਰਚਾ ਦਰਜ ਕਰਕੇ ਪੁਲਿਸ ਨੇ ਅੱਗੇ ਤਫਤੀਸ਼ ਅਮਲ 'ਚ ਲਿਆਂਦੀ ਗਈ, ਕਿਉਂਕਿ ਪੁਲਿਸ ਅਫਸਰ ਦੇ ਦਾ ਮਰਡਰ ਹੋਇਆ ਸੀ ਇਸ ਕਰਕੇ ਸਾਰੀਆਂ ਯੂਨਿਟਾਂ ਜਿਹੜੀਆਂ ਚੰਡੀਗੜ੍ਹ ਪੁਲਿਸ ਦੀਆਂ ਨੇ ਉਹ ਆਪਣੀ ਅਲੱਗ ਅਲੱਗ ਟੀਮਾਂ ਬਣਾ ਕੇ ਇਸ ਦੇ ਕੰਮ ਕਰ ਰਹੇ ਸੀ ਅਤੇ ਦਿਨ ਰਾਤ ਅਸੀਂ ਇਸ 'ਤੇ ਤਫਤੀਸ਼ ਦੇ ਦੌਰਾਨ ਕੱਲ੍ਹ ਅਸੀਂ 2 ਬੰਦਿਆਂ ਨੂੰ ਇਹਦੇ ਵਿੱਚ ਅਰੈਸਟ ਕੀਤਾ। ਇਹਦੇ ਵਿੱਚ ਆਪਣੀ ਥਾਣਾ ਪੁਲਿਸ ਨੇ ਆਪਣੀ ਪ੍ਰੋਫੈਸ਼ਨਲ ਜਿਹੜੀ ਅਕੂਮੈਨ ਹੈ ਉਹ ਸ਼ੋਅ ਕੀਤਾ ਅਤੇ ਹਿਊਮਨ ਇੰਟੈਲੀਜੈਂਸ ਦੇ ਬੇਸ 'ਤੇ ਬਾਕੀ ਫੋਟੋ ਇਹਦੀਆਂ CCTV ਕੈਮਰਿਆਂ 'ਚ ਵੀ ਆ ਗਈਆਂ ਸੀ ਅਤੇ ਮੇਨ ਗੱਲ ਇਹ ਹੈ ਕਿ ਇੰਨੀਆਂ ਟੀਮਾਂ ਦੇ ਬਾਵਜੂਦ ਵੀ ਥਾਣੇ ਕੋਲ ਬਹੁਤ ਅਤੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਕਿ ਥਾਣਾ ਪੁਲਿਸ ਜਿੱਥੇ ਕਿ ਅਕੂਰੈਂਸ ਹੋਈ ਹੁੰਦੀ ਉਹਨਾਂ ਕੋਲ ਕੋਈ ਦੂਜੀਆਂ ਟੀਮਾਂ ਤੋਂ ਐਕਸਟਰਾ ਕਲੂ ਹੁੰਦੇ ਨੇ, ਉਹਨਾਂ ਨੂੰ ਯੂਜ਼ ਕਰਦਿਆਂ ਹੋਇਆਂ ਥਾਣਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਜਸਵਿੰਦਰ ਜੱਸਾ ਅਤੇ ਆਪਣਾ ਇੱਕ ਦੂਜਾ ਇਹਦਾ ਸਾਥੀ ਅਰੋਹਣ ਸਿੰਘ, ਇਹ ਦੋਨੇ ਪਟਿਆਲੇ ਦੇ ਨੇ, ਇਹਨਾਂ ਨੂੰ ਅਸੀਂ ਕੱਲ੍ਹ ਅਰੈਸਟ ਕੀਤਾ। ਡਿਪਟੀ ਸਾਹਿਬ, ਇਹਦੇ ਵਿੱਚ ਹੁਣ ਸਵਾਲ ਇਹ ਹੈ ਕਿ ਰੀਜ਼ਨ ਕੀ ਰਿਹਾ ਇੰਨੀ ਬੇਰਹਿਮੀ ਦੇ ਨਾਲ, ਉਹਨਾਂ ਦੀ ਕੋਈ ਆਪਸੀ ਰੰਜਿਸ਼ ਸੀਗੀ ਪਹਿਲਾਂ ਤੋਂ ਜਾਂ ਕਿਸ ਤਰ੍ਹਾਂ ਦਾ ਕੋਈ ਗੱਲਬਾਤ ਹੋਈ? ਨਹੀਂ, ਜਿਸ ਤਰ੍ਹਾਂ ਤੁਸੀਂ ਪੁੱਛਿਆ ਇਹਨਾਂ ਦੀ ਆਪਸੀ ਰੰਜਿਸ਼ ਨਹੀਂ ਸਾਹਮਣੇ ਆਈ, ਕਿਉਂਕਿ ਇਹ ਦੋਨੇ ਪਟਿਆਲੇ ਦੇ ਸੀ ਔਰ ਅਨੰਦਪੁਰ ਸਾਹਿਬ ਇਹ ਵੇਟਰ ਦਾ ਕੰਮ ਕਰਦੇ ਸੀ ਔਰ ਉਹ 22 ਤਰੀਕ ਨੂੰ ਇਹ ਟ੍ਰੇਨ 'ਤੇ ਅਨੰਦਪੁਰ ਸਾਹਿਬ ਤੋਂ ਚੜ੍ਹੇ, ਇਹਨਾਂ ਨੇ ਫਤਿਹਗੜ੍ਹ ਸਾਹਿਬ ਉਤਰਨਾ ਸੀ, ਉੱਥੇ ਟ੍ਰੇਨ ਨਹੀਂ ਰੁਕੀ ਔਰ ਕਿਉਂਕਿ ਕਿਸਾਨਾਂ ਦੀ ਇੱਧਰ ਤੁਹਾਨੂੰ ਪਤਾ ਕਿ ਅੱਗੇ ਰੇਲ, ਹਾਂ, ਅਤੇ ਉਸ ਕਰਕੇ ਉਹ ਟ੍ਰੇਨ ਇੱਧਰ ਚੰਡੀਗੜ੍ਹ ਨੂੰ ਡਿਵਰਟ ਹੋ ਕੇ ਆ ਗਈ ਅਤੇ ਇਹ ਚੰਡੀਗੜ੍ਹ ਰਾਤ ਨੂੰ 12-1 ਵਜੇ ਉਤਰੇ। ਠੀਕ ਹੈ।
ਉਸ ਤੋਂ ਬਾਅਦ ਇਹ ਪੈਦਲ ਹੀ ਚੰਡੀਗੜ੍ਹ ਦੀ ਤਰਫ ਆ ਰਹੇ ਸੀ ਤੇ ਪ੍ਰੈਸ ਲਾਈਟਾਂ ਦੇ ਕੋਲ ਜਦੋਂ ਇਹ ਰਾਤ ਨੂੰ ਕੋਈ 2:15 ਦੇ ਕਰੀਬ ਸੀ ਤਾਂ ਇਹ ਮੋਟਰਸਾਈਕਲ ਪਿੱਛੋਂ ਆਇਆ, ਉਹਨੂੰ ਇਹਨਾਂ ਨੇ ਇਸ਼ਾਰਾ ਕੀਤਾ ਤੇ ਇਹ ਮੋਟਰਸਾਈਕਲ ਤੇ ਲਿਫਟ ਦੇ ਦਿੱਤੀ ਇਹਨਾਂ ਨੇ, ਕਿਹਾ ਕਿ ਅਸੀਂ ਪਟਿਆਲੇ ਜਾਣਾ ਔਰ ਸਾਣਾ ਸਾਹਿਬ ਮਰਨ ਵਾਲਾ ਸੀ ਮੋਟਰਸਾਈਕਲ ਸਵਾਰ ਜਿਹੜਾ? ਹਾਂ, ਇਹ GT ਮੋਟਰਸਾਈਕਲ ਤੇ ਸੀ। ਓਕੇ, ਉਸ ਨੂੰ ਇਹਨਾਂ ਨੇ ਇਸ਼ਾਰਾ ਕੀਤਾ ਤੇ ਉਹ ਇਹਨਾਂ ਨੂੰ ਲਿਫਟ ਦੇ ਕੇ ਸਵਾਣਾ ਸਾਹਿਬ ਗੁਰਦੁਆਰੇ ਦੇ ਨਾਲ ਜਾਂਦੇ ਹੋਏ ਇੱਥੇ 6 ਫੇਸ ਗੁਰਦੁਆਰੇ ਦੇ ਕੋਲ ਲੈ ਕੇ ਆ ਗਿਆ। ਰਸਤੇ ਦੇ ਵਿੱਚ ਇਹਨਾਂ ਦੀ ਕੋਈ ਆਪੇ 'ਚ ਕਮਿਟਮੈਂਟ ਹੋਈ, ਉਸ ਕਮਿਟਮੈਂਟ ਨੂੰ ਲੈ ਕੇ ਮੋਟਰਸਾਈਕਲ ਲਗਾ ਕੇ ਉੱਧਰ ਨੂੰ ਜਿਹੜਾ ਜੰਗਲ ਏਰੀਆ ਜਾ ਰਹੇ ਸੀ ਉੱਥੇ ਸਡਨ ਪ੍ਰੋਵੋਕੇਸ਼ਨ ਦੇ ਵਿੱਚ ਇਹਨਾਂ ਦੀ ਆਪੇ ਦੇ ਵਿੱਚ ਬਹਿਸ ਵਸਾਈ ਹੋਈ। ਜੋ ਅਕਿਊਜ਼ ਦੱਸ ਰਿਹਾ ਕਿ ਪਹਿਲਾਂ ਉਸਨੇ ਇਹਨਾਂ 'ਤੇ ਪੱਥਰ ਮਾਰਿਆ ਔਰ ਗਾਲੀ ਗਲੋਚ ਵੀ ਕੀਤੀ, ਫਿਰ ਇਹਨਾਂ ਦੋਨਾਂ ਨੇ ਉਹਨੂੰ ਸਡਨ ਪ੍ਰੋਵੋਕੇਸ਼ਨ 'ਚ ਓਵਰ ਪਾਵਰ ਕਰਕੇ ਪਹਿਲਾਂ ਉਹਦਾ ਗਲਾ ਦਬਾਇਆ ਅਤੇ ਫਿਰ ਉਹਦੇ ਆਪਣੀ ਸ਼ਨਾਖਤ ਮਿਟਾਉਣ ਲਈ ਉਹਦੇ ਪੱਥਰ ਪੁੱਥਰ ਮਾਰ ਕੇ ਅਤੇ ਉੱਥੋਂ ਉਹਦਾ ਮੋਬਾਈਲ ਅਤੇ ਉਹਦਾ ਪਰਸ ਅਤੇ ਜਿਹੜਾ ਇਹ ਉਹਦਾ ਮੋਟਰਸਾਈਕਲ ਸੀ ਉਹ ਲੈ ਕੇ ਫਰਾਰ ਹੋ ਗਏ। ਅਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ, ਕੋਈ ਲੁੱਟ ਦਾ ਵੀ ਕਹਿ ਰਹੇ ਸੀ ਕਿਉਂਕਿ ਬਾਈਕ ਵੀ ਜਿਹੜੀ ਹੈਗੀ ਉਹ ਗਾਇਬ ਸੀ, ਪਰਸ ਵੀ ਅਤੇ ਮੋਬਾਈਲ ਵੀ, ਪਹਿਲਾਂ ਇਹ ਲੁੱਟ ਦਾ ਮਾਮਲਾ ਲੱਗ ਰਿਹਾ ਸੀ? ਨਹੀਂ, ਬਿਲਕੁਲ ਲੱਗ ਰਿਹਾ ਸੀ, ਪਰ ਹੁਣ ਹਾਲਾਤਾਂ ਤੋਂ ਇਹ ਲੱਗਿਆ ਕਿ ਪਹਿਲਾਂ ਤੋਂ ਇਹ ਜਾਣਦੇ ਨਹੀਂ ਸੀ। ਜਦੋਂ ਇਹਨਾਂ ਦੀ ਸਡਨ ਪ੍ਰੋਵੋਕੇਸ਼ਨ ਤੋਂ ਬਾਅਦ ਇਹਨਾਂ ਨੇ ਫਿਰ ਐਵੀਡੈਂਸ ਮਟਾਉਣ ਲਈ ਜੋ ਜੋ ਸਮਾਨ ਸੀ ਉਹ ਉੱਥੋਂ ਲੈ ਕੇ ਇਹ ਚਲੇ ਗਏ। ਠੀਕ ਹੈ, ਤੇ ਸਰ ਬਾਈਕ ਕਿੱਥੋਂ ਰਿਕਵਰ ਕੀਤੀ ਹੈ ਤੇ ਪਰਸ ਵਗੈਰਾ ਹਜੇ ਰਿਕਵਰ ਕਰ ਲਿਆ ਹੈ? ਇਹਨਾਂ ਤੋਂ ਮੋਬਾਈਲ ਫੋਨ, ਮੋਟਰਸਾਈਕਲ, ਇਹ ਚੀਜ਼ਾਂ ਰਿਕਵਰ ਹੋ ਗਈਆਂ ਨੇ। ਬਾਕੀ ਜਿਹੜੇ ਅਸੀਂ ਇਹਨਾਂ ਦੇ ਮੋਬਾਈਲ ਦੇ ਵਿੱਚ 2 ਸਿਮ ਸੀਗੇ, ਉਹ ਸਿਮ ਤੇ ਕੁਝ ਕੱਪੜੇ, ਨੰਬਰ ਪਲੇਟਾਂ ਵਗੈਰਾ ਮੋਟਰਸਾਈਕਲ ਦੀਆਂ, ਉਹ ਵੀ ਇਹਨਾਂ ਨੇ ਕਿਤੇ ਛਪਾਈਆਂ ਹੋਈਆਂ ਨੇ। ਭਾਈ 2 ਦਿਨ ਦੇ ਪੁਲਿਸ ਰਿਮਾਂਡ ਤੇ ਉਹ ਸਾਡੀ ਟੀਮਾਂ ਅਲੱਗ ਅਲੱਗ ਇਹਨਾਂ ਨੂੰ ਲੈ ਕੇ ਜਾ ਰਹੀਆਂ ਨੇ ਤੇ ਉਹ ਜਲਦੀ ਹੀ ਰਿਕਵਰ ਕਰ ਲਾਂਗੇ, ਉਹ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਸਾਹਿਬ। ਇਹਦੇ ਵਿੱਚ ਸਿਰਫ 2 ਹੀ ਅਕਿਊਜ਼ ਸੀਗੇ ਜਾਂ ਕੋਈ ਹੋਰ ਵੀ ਇਹਦੇ ਵਿੱਚ ਸ਼ਾਮਿਲ ਹੈ ਹਜੇ ਤੱਕ ਇਨਵੈਸਟੀਗੇਸ਼ਨ? ਨਹੀਂ, ਇਹਦੇ ਵਿੱਚ ਜਿਹੜਾ ਰੋਹਨ ਸਿੰਘ ਤੇ ਇਹ ਜਸਵਿੰਦਰ ਸਿੰਘ ਦੋਨੇ ਅਕਿਊਜ਼ ਨੇ ਔਰ ਇਹ ਜਿਹੜਾ ਕਿ CCTV ਕੈਮਰਿਆਂ ਦੇ ਵਿੱਚ ਵੀ ਆਇਆ, ਇਹ ਦੋਨੇ ਅਕਿਊਜ਼ ਸੀਗੇ। ਤੇ ਬਿਲਕੁਲ ਜਿੱਦਾਂ ਸਾਨੇ ਦੱਸਿਆ, ਹਾਲਾਂਕਿ ਕੋਈ ਕਮਿਟਮੈਂਟ ਹੋਈ ਸੀ ਇਹਨਾਂ ਦੀ ਰਸਤੇ ਦੇ ਵਿੱਚ, ਕਿਸੇ ਤਰ੍ਹਾਂ ਦਾ ਕੋਈ ਆਪਸੀ ਜਿਹੜੇ ਹੈ ਪਹਿਲਾਂ ਤੋਂ ਜਾਣ ਪਛਾਣ ਨਹੀਂ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਸੀ, ਲੇਕਿਨ ਬੜੀ ਹੈਰਾਨ ਕਰ ਦੇਣ ਵਾਲਾ ਹੈ ਔਰ ਪੁਲਿਸ ਨੇ ਇਹਦੇ ਵਿੱਚ ਲਗਾਤਾਰ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸਰਵੇਲੈਂਸ ਦੀ ਮਦਦ ਨਾਲ ਇਹਦੇ ਵਿੱਚ ਕੰਮ ਕੀਤਾ ਤੇ ਦੋਨਾਂ ਨੂੰ ਕਾਬੂ ਕਰ ਲਿਆ। ਹਾਲਾਂਕਿ ਦੋਨਾਂ ਨੇ ਕਨਫੈਸ ਵੀ ਕਰ ਲਿਆ, ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਰਿਮਾਂਡ ਦੌਰਾਨ ਹੋਰ ਵੀ ਜਿਹੜੀ ਚੀਜ਼ਾਂ ਨੇ ਉਹ ਰਿਕਵਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਪੂਰਾ ਜਿਹੜਾ ਸਰਕਮਸਟਾਂਸਿਸ ਸਰਵੇਲੈਂਸ ਦੇ ਨਾਲ ਨਾਲ ਜਿਹੜੀ CCTV ਆਈ ਸੀ ਉਹਦੇ ਆਧਾਰ ਤੇ ਵੀ ਪੁਲਿਸ ਨੇ ਕੰਮ ਕਰਦੇ ਹੋਏ ਹੁਣ ਇਸ ਪੂਰੇ ਕੇਸ ਨੂੰ ਜਿਹੜਾ ਬਲਾਈਂਡ ਮਰਡਰ ਸੀਗਾ ਉਹਨੂੰ ਸੋਲਵ ਕਰ ਲਿਆ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।